तो आओ सत्संग जी, आपां पहले एक उच्चारण दा जिहड़ा शब्द है उच्चारण बारे कुछ, क्योंकि कई शब्द इहो जिहे ने जिन्हां नूं उच्चारण च भेद हो जाए। भेद कहण दा मतलब यह है भी मेरा उच्चारण किसे तरह या दूसरे वीर दा किसे तरह, ते होनी तां यूनिफॉर्म भी चाहीदी है, पर फिर भी कई कारणां करके या वख-वख कई होर संस्थावां वल्लों ਕਈਆਂ ਸ਼ਬਦਾਂ ਨੂੰ ਉਸ ਤਰ੍ਹਾਂ ਉਚਾਰਿਆ ਜਾਂਦਾ ਜਿਸ ਕਰਕੇ ਆਮ ਸੰਗਤ ਵਿੱਚ ਕਈ ਵਾਰੀ ਭੁਲੇਖਾ ਪੈ ਜਾਂਦਾ ਹੈ ਔਰ ਉਹਨਾਂ ਨੂੰ ਕਲੈਰੀਫਿਕੇਸ਼ਨ ਦੀ ਲੋੜ ਪੈਂਦੀ ਹੈ। ਐਸਾ ਹੀ ਇੱਕ ਸਵਾਲ ਸਾਡੇ ਕੋਲ ਆਇਆ ਕਿ ਆਸਾ ਕੀ ਵਾਰ ਚਾਹੁੰਦਾ ਹੈ ਕਿ ਲੱਖ ਸੂਤਨ ਸੰਗਰਾਮ ਰਣ ਮੈਂ ਛੁਟੇ ਪ੍ਰਾਣ, ਤੋ ਉਹਦੇ ਚ ਜਿਹੜੇ ਸਵਾਲ ਕਰਤਾ ਪੁੱਛਦੇ ਨੇ ਜੀ ਕਿ ਇਹ ਜਿਹੜਾ ਲਫ਼ਜ਼ ਹੈ ਸੱਸੇ ਨੂੰ ਦਲੈਂਕੜ ਰਰਾ ਤੱਤਾ ਧੇਣਾਣਾ ਉਚਾਰਨ ਕਰਨਾ ਹੈ ਜਾਂ ਬਿਨਾਂ ਅਧਿਕ ਦੇ ਉਚਾਰਨ ਕਰਨਾ, ਮੇਰੇ ਕਹਿਣ ਤੋਂ ਭਾਵ ਹੈ ਸ਼ਾਇਦ ਉਹ ਚਾਹੁੰਦੇ ਨੇ ਪੁੱਛਣਾ ਵੀ ਇਹਨੂੰ ਸੁਰਤਾਂ ਪੜ੍ਹੀਏ ਜਾਂ ਸੁਰਤਨ ਪੜ੍ਹੀਏ। ਤੋ ਇਹਦੇ ਲਈ ਫਿਰ ਬੇਨਤੀ ਕਰ ਰਿਹਾ ਮੈਂ ਸਾਕਿਕਰ ਸਿੰਘ ਜੀ ਨੂੰ ਬਈ ਉਹ ਕਿਰਪਾ ਕਰਕੇ ਇਹਦੇ 'ਤੇ ਚਾਨਣਾ ਪਾਉਣ ਕਿ ਉਹਨਾਂ ਦਾ ਕੀ ਵਿਚਾਰ ਬਣਿਆ ਵੀ ਸੁਰਤਨ ਪੜ੍ਹਨਾ ਹੈ ਜਾਂ ਸੁਰਤਨ ਪੜ੍ਹਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਜੀ ਕੀ ਕੀ ਫਤਿਹ। ਫਤਿਹ ਵੀਰ ਜੀ, ਜੋ ਮੈਂ ਇਸ ਸ਼ਬਦ ਦੀ ਘੋਖ ਪੜਤਾਲ ਕੀਤੀ ਹੈ, ਜੀ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 164 ਗੌੜੀ ਗੁਆਰੇਰੀ ਮਹਿਲਾ ਚੌਥਾ, ਭਾਵ ਕਿ ਸ਼੍ਰੀ ਗੁਰੂ ਰਾਮਦਾਸ ਜੀ ਦਾ ਸ਼ਬਦ ਖੱਤਰੀ ਕਰਮ ਕਰੇ ਸੂਰਤਨ ਭਾਵੈ। ਇੱਥੇ ਵੀ ਜਿਹੜੀ ਆਪਣੀ ਸ਼ਬਦਾਰਥ ਪੋਥੀ ਸ਼੍ਰੋਮਣੀ ਕਮੇਟੀ ਛਾਪਦੀ ਹੈ, ਜਿਹਦੇ ਇੱਕ ਪਾਸੇ ਪਾਠ ਹੈ ਅਤੇ ਦੂਜੇ ਪਾਸੇ ਸ਼ਬਦ ਅਰਥ ਵੀ ਦਿੱਤੇ ਹੋਏ ਨੇ, ਉਹਨਾਂ ਨੇ ਵੀ ਇਹਦਾ ਅਰਥ ਜਿਹੜਾ ਸੂਰਮਤਾ ਹੀ ਬਹਾਦਰੀ ਕੀਤਾ ਸੂਰਤਨ ਦਾ। ਪਹਿਲਾਂ ਮੈਂ ਅਰਥ ਭਾਵ ਦੱਸ ਦਿਆਂ, ਉਚਾਰਨ ਬਾਅਦ ਚ ਗੱਲ ਕਰਾਂਗੇ ਜੀ। ਠੀਕ ਹੈ ਜੀ। ਇਸ ਤੋਂ ਇਲਾਵਾ ਅੰਗ 467 ਤੇ ਵੀ ਸੂਰਤਨ ਸ਼ਬਦ ਆਉਂਦਾ, ਲੱਖ ਸੂਰਤਨ ਸੰਗਰਾਮ ਰਣ ਮੈਂ ਛੁੱਟਿਆ ਪ੍ਰਾਣ, ਇੱਥੇ ਵੀ ਜਿਹੜਾ ਅਰਥ ਕੀਤਾ ਗਿਆ ਸੂਰਮਤਾ, ਸੂਰਮਤਾ ਹੀ ਬਹਾਦਰੀ ਦੇ ਕਾਰਨਾਮੇ। ਸੰਸਕ੍ਰਿਤ ਵਿੱਚ ਸ਼ੌਰਿਆ ਪਦ ਵੀ ਦਿੱਤਾ ਹੋਇਆ ਪਰ ਪੰਜਾਬੀ ਦੇ ਵਿੱਚ ਸੂਰਬੀਰਤਾ ਲਿਖਿਆ ਹੋਇਆ। ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 256 ਮਨੁਆ ਜੀਤੈ ਹਰ ਮਿਲੈ, ਤੇ ਸੂਰਤਨ ਵੇਸ, ਸੂਰਮਿਆਂ ਵਾਲਾ ਵੇਸ ਭਾਵ ਸੂਰਮਿਆਂ ਵਾਲੀ ਡਰੈਸ ਉਹਦੀ ਵਰਦੀ। ਇੱਥੋਂ ਤੱਕ ਕਿ ਭਾਈ ਵੀਰ ਸਿੰਘ ਨੇ ਤਾਂ ਇਸ ਸ਼ਬਦ ਦਾ ਉਚਾਰਨ ਵੀ ਦਿੱਤਾ ਹੋਇਆ, ਉਹਨਾਂ ਨੇ ਸੂਰਤਨ ਲਿਖਿਆ ਸੂਰ ਜਮਾ ਤਨ। ਇਸ ਕਰਕੇ ਹੋਰ ਕਿਤੇ ਵੀ ਸੱਸਾ ਮੁਕਤਾ, ਸੱਸੇ ਨੂੰ ਔਂਕੜ, ਸੱਸੇ ਨੂੰ ਦਲੈਂਕੜ, ਸੁਰਤਨ ਸ਼ਬਦ ਕੋਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਂਦਾ ਹੀ ਨਹੀਂ। ਮਹਾਨ ਕੋਸ਼ ਨੇ ਵੀ ਕਿਤੇ ਨਹੀਂ ਦਿੱਤਾ ਸੁਰਤ ਸੁਰਤਨ। ਮਤਲਬ ਜੇ ਆਪਾਂ ਜਿਵੇਂ ਸੁਚੱਜੀ ਤੇ ਕੁਚੱਜੀ, ਪਤਨੀ ਸੁਪਤਨੀ, ਇਸੇ ਤਰ੍ਹਾਂ ਹੀ ਪੁੱਤਰ ਸੁਪੁੱਤਰ ਵਗੈਰਾ ਆਉਂਦੇ ਆ, ਤੇ ਉੱਥੇ ਸੱਸੇ ਨੂੰ ਕਦੇ ਵੀ ਦੋ ਦਲੈਂਕੜ ਨਾਲ ਉਹਦੀ ਡਿਗਰੀ ਵੱਧਦੀ ਨਹੀਂ। ਸੁਪੁੱਤਰ ਸੁਪਤਨੀ ਤਾਂ ਬਣ ਸਕਦਾ, ਲੇਕਿਨ ਸੱਸੇ ਨੂੰ ਜਿਹੜੇ ਦੋ ਦਲੈਂਕੜ ਹੈ ਉਹਦੇ ਨਾਲ ਸੂਰਮਾ, ਸੂਰਮਤਾਈ, ਸੂਰ ਸ਼ਬਦ ਸੰਖੇਪ ਦੇ ਵਿੱਚ ਵੀ, ਸੂਰਮੇ ਨੂੰ ਅਸੀਂ ਸੂਰ ਵੀ ਕਈ ਵਾਰੀ ਕਹਿ ਦਿੰਦੇ ਹਾਂ, ਸੰਖੇਪ ਸ਼ਬਦ ਵੀ ਆ ਜਾਂਦਾ, ਜਿਵੇਂ ਸੂਰਜ ਨੂੰ ਸੂਰ ਕਹਿੰਦੇ ਹਾਂ ਜੀ। ਇਸੇ ਤਰ੍ਹਾਂ ਹੀ ਹੋਰ ਸ਼ਬਦਾਂ ਲਈ ਵੀ ਛੋਟੇ ਸ਼ਬਦ ਵਰਤੇ ਜਾਂਦੇ ਆ ਗੁਰਬਾਣੀ ਚ, ਇਸ ਕਰਕੇ ਇਹਨੂੰ ਸੂਰਮਾ, ਸੂਰ, ਸੂਰਮਤਾਈ, ਸੂਰਮਤਾ ਹੀ ਇਹਦਾ ਅਰਥ ਬਣਦਾ ਹੈ। ਇਸ ਕਰਕੇ ਸੁਰਤਨ ਵਾਲੀ, ਕਿਉਂਕਿ ਜੇ ਰਤਨ ਹੋਵੇ ਨਾ ਮੂਲ ਸ਼ਬਦ ਫਿਰ ਸੁਰਤਨ ਬਣ ਸਕਦਾ, ਪਰ ਇੱਥੇ ਰਤਨ ਨਾਲ ਤਾਂ ਕੋਈ ਰੰਗ ਜਾਂ ਕੋਈ ਲਾਲੀ ਵਗੈਰਾ ਤਾਂ ਕੋਈ ਅਰਥ ਹੀ ਨਹੀਂ ਬਣਦਾ ਜੀ। ਇਸ ਕਰਕੇ ਜਿੱਥੇ ਵੇਸ ਸ਼ਬਦ ਆਇਆ ਪਹਿਰਾਵਾ, ਉੱਥੇ ਹੋ ਸਕਦਾ ਉਹਨਾਂ ਨੂੰ ਜੇ ਕਿਸੇ ਵੀਰ ਨੇ ਉਚਾਰਨ ਕੀਤਾ ਜਿਵੇਂ ਮੈਨੂੰ ਦੱਸਿਆ ਗਿਆ, ਉਹਨਾਂ ਨੂੰ ਇਹ ਗਲਤੀ ਲੱਗੀ ਹੋ ਸਕਦੀ ਹੈ ਵੀ ਸੁਰਤਨ ਜੇ ਸੱਸੇ ਨੂੰ ਔਂਕੜ ਹੋਵੇ ਫਿਰ ਅਸੀਂ ਵਿਚਾਰ ਕਰ ਸਕਦੇ ਹਾਂ ਸੁਰਤਨ ਦੀ, ਭਾਵ ਵਧੀਆ ਰਤਨ ਵਾਲਾ, ਵਧੀਆ ਰੰਗ ਵਾਲਾ, ਪਰ ਇੱਥੇ ਸੱਸੇ ਨੂੰ ਦੋ ਦਲੈਂਕੜੇ ਹੋਣ ਕਰਕੇ ਇਹ ਰਾਰੇ ਉੱਤੇ ਅਧਿਕ ਨਹੀਂ ਆ ਸਕਦੀ, ਸੂਰਤਨ ਹੀ ਬਣਦਾ ਜੀ। ਸੋ ਅਗਰ ਕਿਸੇ ਕੋਲ ਕੋਈ ਹੋਰ ਵਧੀਆ ਜਾਣਕਾਰੀ ਹੋਵੇ ਤਾਂ ਉਹ ਵੀ ਸਾਂਝੀ ਕਰ ਸਕਦੇ ਆ ਜੀ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਸਾਕਿਰ ਸਿੰਘ ਜੀ ਨੇ ਜਿਸ ਤਰ੍ਹਾਂ ਪੂਰੀ ਤਰ੍ਹਾਂ ਸਾਨੂੰ ਖੋਲ ਕੇ ਦੱਸਿਆ ਸਤਸੰਗ ਜੀ, ਪਰ ਇਸ ਤਰ੍ਹਾਂ ਹੈ ਕਿ
ਜਿਹੜੀ ਸਟੀਕ ਲਿਖੀ ਹੈ ਭਾਈ ਜੋਗਿੰਦਰ ਸਿੰਘ ਜੀ ਤਲਵਾੜਾ ਵਾਲਿਆਂ ਨੇ, ਉਹਨਾਂ ਨੇ ਇਹਨੂੰ ਡਾਇਰੈਕਸ਼ਨ ਦਿੱਤੀ ਹੈ ਸੂਰਤ ਤਨ ਪੜ੍ਹਨ ਦੀ। ਔਰ ਸਰ ਜਗੀਰ ਸਿੰਘ ਜੀ ਨਾਲ ਮੇਰੀ ਗੱਲ ਹੋਈ ਸੀ, ਮੈਂ ਖੁਦ ਤਾਂ ਸੁਣ ਨਹੀਂ ਸਕਿਆ, ਮੈਨੂੰ ਤਾਂ ਮੈਂ ਕਰਨਾ ਸਮਾਂ ਨਹੀਂ ਮਿਲਿਆ। ਉਹਨਾਂ ਨੇ ਮੈਨੂੰ ਦੱਸਿਆ ਸੀ, ਪੰਨੇ ਵੀ ਦੱਸੇ ਸੀ, ਵਿਗਿਆਨੀ ਜਗਤਾਰ ਸਿੰਘ ਜਾਚਕ ਹੋਰਾਂ ਨੇ ਵੀ ਇਹਨੂੰ ਅੱਧਕ ਲਾ ਕੇ ਉਚਾਰਨ ਕੀਤਾ। ਤੋ ਪਰ ਆਮ ਤੌਰ 'ਤੇ ਜਿੰਨਾ ਵੀ ਆਪਾਂ ਹੁਣ ਤੱਕ ਸੁਣਦੇ ਆਏ ਹਾਂ ਜਾਂ ਜਿਹੜਾ ਪਾਠ ਕੀਰਤਨ ਹੁੰਦਾ ਆਸਾ ਕੀ ਵਾਰ ਦਾ, ਉਹਦੇ 'ਚ ਰੋਜ਼ਾਨਾ ਇਹ ਪੜ੍ਹਿਆ ਜਾਂਦਾ ਅੱਖਰ, ਇਹ ਸ਼ਬਦ, ਤਾਂ ਉਹਦੇ 'ਚ ਤਾਂ ਸੂਰਤਾਂ ਨਹੀਂ ਪੜ੍ਹਿਆ ਜਾਂਦਾ। ਤੋ ਹੁਣ ਤੱਕ ਤਾਂ ਸੂਰਤਾਂ ਨਹੀਂ ਸੁਣਦੇ ਆਏ ਹਾਂ, ਪਰ ਜਦ ਇਹ ਸਵਾਲ ਆਇਆ ਤਾਂ ਫਿਰ ਦੇਖਣ ਦੀ ਥੋੜ੍ਹੀ ਜਿਹੀ ਤਮੰਨਾ ਪੈਦਾ ਹੋਈ। ਤੋ ਸਰ ਕਿਕਰ ਸਿੰਘ ਨੇ ਗੱਲ ਐਕਸਪਲੇਨ ਕੀਤੀ ਹੈ, ਪਰ ਜਿਸ ਤਰ੍ਹਾਂ ਮੈਂ ਪਹਿਲੇ ਬੇਨਤੀ ਕੀਤੀ ਹੈ ਕਿ ਕਈ ਵਾਰੀ ਐਸਾ ਵੀ ਹੁੰਦਾ ਕਿ ਕੁਝ ਉਚਾਰਨ 'ਚ ਫਰਕ ਹੁੰਦਾ, ਤੇ ਪਰ ਮੇਰੀ ਇੱਕ ਬੇਨਤੀ ਹੈ ਔਰ ਉਹ ਇਹ ਹੈ ਕਿ ਸਤਸੰਗ ਅਸਲ ਜਿਹੜਾ ਸਾਡਾ ਮਨੋਰਥ ਹੈ ਉਹ ਬਾਣੀ ਨੂੰ ਸਾ ਕੇ ਉਹਦੇ 'ਤੇ ਅਮਲ ਕਰਨ, ਤੇ ਸੋ ਬਾਣੀ ਨੂੰ ਆਪਾਂ ਸਮਝਣਾ ਹੈ ਤੇ ਇਹਦੇ 'ਚ ਜਿਹੜੀ ਸਮਝ ਪੈਂਦੀ ਹੈ ਉਹ ਤਾਂ ਸੂਰਮਤਾਈ ਦੀ ਹੈ, ਜਿਸ ਤਰ੍ਹਾਂ ਵੀਰ ਕਿੱਕਰ ਸਿੰਘ ਜੀ ਦਾ ਅਰਥ ਕਰਕੇ ਦੱਸਿਆ। ਸੋ ਇਸ ਕਰਕੇ ਅਰਥ ਤਾਂ ਇਹੀ ਹੈ, ਤਾਂ ਜਿਹੜੇ ਉਹਨੂੰ ਅੱਧ ਕਲਾ ਕੇ ਉਚਾਰਨ ਕਰਦੇ ਨੇ ਉਹ ਵੀ ਅਰਥ ਭਾਵ ਦਾ ਸੂਰਮਤਾਈ ਹੈ ਕਿ ਇਹਦੇ 'ਚ ਜ਼ਿਆਦਾ ਪੁੰਨ ਛਾਣ 'ਚ ਜਾਈਏ, ਅਸੀਂ ਇਸ ਪਾਸੇ ਲਈਏ ਕਿ ਇਹਦਾ ਸਾਨੂੰ ਅਰਥ ਕੀ ਹੈ। ਕੱਲ੍ਹ ਵੀ ਕਿਸੇ ਹੋਰ ਸ਼ਬਦ ਦੀ ਇੱਥੇ ਕਿਸੇ ਨਾਲ ਮੇਰੀ ਗੱਲਬਾਤ ਹੋ ਰਹੀ ਸੀ, ਤਾਂ ਮੈਂ ਤਦ ਵੀ ਇਹੀ ਬੇਨਤੀ ਕੀਤੀ ਵੀ ਚਲੋ ਜੇ ਉਚਾਰਨ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਵੀ ਹੈ ਤੇ ਮਨ ਵਿੱਚ ਕੀ ਹੈ, ਸਾਨੂੰ ਇਹਦਾ ਪ੍ਰਭਾਵ ਜਾਂ ਇਹਦਾ ਅਰਥ ਬੋਧ ਕੀ ਮਿਲਦਾ। ਅਸਲ ਜੇ ਬਾਣੀ ਨੂੰ ਅਸੀਂ ਅੰਡਰਸਟੈਂਡ ਕਰੀਏ, ਅੰਡਰਸਟੈਂਡ ਕਰਕੇ ਉਹਦੇ 'ਤੇ ਅਮਲ ਕਰੀਏ। ਤੋ ਇਸ ਕਰਕੇ ਮੇਰੀ ਇਹ ਬੇਨਤੀ ਹੈ ਕਿ ਠੀਕ ਹੈ ਹਰ ਗੱਲ ਜਿਹੜੀ ਕਲੈਰੀਫਾਈ ਹੋਣੀ ਚਾਹੀਦੀ ਹੈ, ਪਰ ਕਿਸੇ ਵੀ ਇਹੋ ਜਿਹੇ ਵਿਸ਼ੇ ਨੂੰ ਆਪਾਂ ਕੋਈ ਵੀ ਇਸ਼ੂ ਨਾ ਬਣਾਇਆ ਜਾਏ ਤੇ ਕਿ ਇਹਨੂੰ ਆਪਾਂ ਸਮਝਣ ਦਾ ਯਤਨ ਕਰੀਏ। ਵੀਰ ਕਿੱਕਰ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਪੂਰੀ ਤਰ੍ਹਾਂ ਐਕਸਪਲੇਨ ਕਰਕੇ ਦੱਸਿਆ, ਤੋ ਬਹੁਤ ਬਹੁਤ ਮਿਹਰਬਾਨੀ ਆਪ ਜੀ ਦੀ।